ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਨੀਅਸ ਟੀਵੀ ਦੇਖ ਰਹੇ ਸਾਰੇ ਸਤਿ ਆਨ ਜੀ ਆਇਆਂ ਨੂੰ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਹੁਣੇ-ਹੁਣੇ ਇਸ ਮਸ਼ਹੂਰ ਪੰਜਾਬੀ ਗਾਇਕ ਦੇ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾਇਆ ਸੋਗ ਇੱਥੇ ਬੜੇ ਹੀ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਮਸ਼ਹੂਰ ਹਸਤੀ ਦੇ ਅਚਾਨਕ ਮੌਤ ਨਾਲ ਸੰਗੀਤ ਜਗਤ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਪੰਜਾਬੀ ਗਾਇਕ ਦੇ ਅਚਾਨਕ ਮੌਤ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਪੰਜਾਬ ਦੇ ਉੱਗੇ ਗਾਇਕ ਅਵਤਾਤ ਤਾਰੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਆ ਜੋ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾਖ ਗਏ ਹਨ ਉਹਨਾਂ ਵੱਲੋਂ ਕਈ ਕੈਸਟਾ ਪੰਜਾਬੀ ਸੰਗੀਤ ਦੇ ਝੋਲੀ ਪਾਈਆਂ ਜਾ ਚੁੱਕੀਆਂ ਹਨ ਉਹਨਾਂ ਦੇ ਦੋ ਗਾਣਾ ਗਾਇਕ ਵਿੱਚ ਰੁਪਿੰਦਰ ਰੂਪੀ ਅਤੇ ਮਨਿੰਦਰ ਦਿਓਲ ਨਾਲ ਕਾਫੀ ਲੰਮਾ ਸਮਾਂ ਕੰਮ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ ਉਹਨਾਂ ਦੇ ਬਹੁਤ ਜ਼ਿਆਦਾ ਪ੍ਰਸਿੱਧ ਗੀਤ ਕਾਦਾ ਕੁੰਡਾ ਖੜਕਾ ਬੈਠਾ ਚਿਤਕਾ ਦਾ ਕੁਲਾੜੀਵਾਰਾ ਖਾਨ ਨੂੰ ਤਤ ਤਤ ਗੁਰਖਾਂ ਹਾਨੀਆਂ ਬਿਹੱਦ ਪ੍ਰਸਿੱਧ ਹੋਏ ਹਨ ਉਹ 55 ਵਰਿਆਂ ਦੇ ਸਾਨੀ ਸਮੇ ਉਹ ਆਪਣੇ ਪਿੰਡ ਕਾਲੋ ਮਾਜਾ ਨੇੜੇ ਬਨੂਰ ਵਿਖੇ ਰਹੇ ਸਨ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਬਹੁਤ ਵੱਡੀ ਆਪਣੀ ਪਛਾਣ ਬਣਾਈ ਸੀ ਸੰਗੀਤ ਜਗਤ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਗੈਰ ਗਾਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਚੈਨਲ ਪੰਜਾਬ ਨਿਊਜ਼ ਨਿਊਜ਼ ਟੀਵੀ ਵੀ ਉਹਨਾਂ ਨਾਲ ਗਾਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਇਸ ਵੀਡੀਓ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ